ਤਰਨਤਾਰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਦਰਬਾਰ ਸਾਹਿਬ ਅਸੀਂ ਸਾਰੇ ਸਾਥੀਆਂ ਸਮੇਤ ਸਾਡੇ ਚੇਅਰਮੈਨ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੇ ਜਨਰਲ ਸੈਕਟਰੀ ਜਿੰਨੇ ਵੀ ਮੇਰੇ ਸਾਥੀ ਨੇ ਸਾਰੇ ਅਸੀਂ ਗੁਰੂ ਮਹਾਰਾਜ ਦਾ ਵੋਟ ਆਸਰਾ ਲੈ ਕੇ ਪੰਜਾਬ ਦੇ ਭਲੇ ਲਈ ਪੰਜਾਬ ਦੇ ਪੰਚਾਇਤ ਵਿਭਾਗ ਰੂਰਲ ਡਿਵੈਲਪਮੈਂਟ ਟਰਾਂਸਪੋਰਟ ਵਿਭਾਗ ਲਈ ਕਿ ਪਰਮਾਤਮਾ ਚੜ੍ਹਦੀਆਂ ਕਲਾ ਕਰੇ ਸਮੱਤ ਬਖਸ਼ੇ ਇਮਾਨਦਾਰੀ ਨਾਲ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰੀਏ ਅਤੇ ਮੈਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸੰਸਦ ਮੈਂਬਰ ਰਾਘਵ ਚੱਡਾ ਜੀ ਜਿਨ੍ਹਾਂ ਨੇ ਦਾਸ 'ਤੇ ਵਿਸ਼ਵਾਸ ਕਰਕੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਅਤੇ ਅੱਜ ਪਹਿਲਾਂ ਤਰਨਤਾਰਨ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਫਿਰ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਨਤਮਸਤਕ ਹੋ ਕੇ ਪੰਜਾਬ ਦੀ ਸੇਵਾ ਲਈ ਪੰਜਾਬ ਦੇ ਕੰਮਾਂ ਲਈ ਪੰਜਾਬ ਪਿੰਡਾਂ ਦੇ ਵਿੱਚ ਵੱਸਦਾ 13,000 ਤੋਂ ਵੱਧ ਪਿੰਡ ਆ ਸਾਡੇ ਪੰਜਾਬ ਦੇ ਵਿੱਚ ਅਤੇ ਪੰਜਾਬ ਦੇ ਪਿੰਡਾਂ ਨੂੰ ਸੁਨਹਿਰੀ ਪਿੰਡ ਬਣਾਵਾਂਗੇ ਵਧੀਆ ਪਿੰਡ ਜਿਹੜੇ ਕਿ ਕਿਸੇ ਪੱਖੋਂ ਵੀ ਸ਼ਹਿਰਾਂ ਨਾਲੋਂ ਘੱਟ ਨਾ ਰਹਿਣ ਅਤੇ ਤਰੱਕੀ ਕਰਾਵਾਂਗੇ ਪੰਜਾਬ ਦੀ। ਜਿਹੜੀ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਪਿੰਡ ਵਿਕਾਸ ਦੀ ਪੰਚਾਇਤ ਦੇਖੋ ਪਿਛਲੇ ਸਾਲ ਵੀ ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਲਗਭਗ 9,000 ਏਕੜ ਦੇ ਕਰੀਬ ਪਿਛਲੇ ਸਾਲ ਪੰਜਾਬ ਦੇ ਜਿਹੜੇ ਵੀ ਵੱਖ ਵੱਖ ਕਿਸਾਨਾਂ ਦੇ ਕੋਲ ਸੀ ਉਹਨਾਂ ਤੋਂ ਛੁਡਵਾਈ ਗਈ ਆ। ਇਸ ਸਾਲ ਵੀ 1300 ਏਕੜ ਦੇ ਕਰੀਬ ਜ਼ਮੀਨ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਅਧੀਨ ਆ ਗਈ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੰਨੀ ਵੀ ਲੋਕਾਂ ਦੇ ਕਬਜ਼ੇ ਅਧੀਨ ਸਰਕਾਰੀ ਜ਼ਮੀਨ ਆ ਪੰਚਾਇਤੀ ਸ਼ਾਮਲਾਟ ਕੋਈ ਵੀ ਜ਼ਮੀਨ ਉਹ ਪੰਜਾਬ ਸਰਕਾਰ ਦੇ ਕਬਜ਼ੇ ਅਧੀਨ ਲਿਆਂਦੀ ਜਾਊਗੀ। ਪੰਜਾਬ ਦੇ ਲੋਕਾਂ ਦੀ ਜ਼ਮੀਨ ਆ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਉਸੇ ਜ਼ਮੀਨ ਨਾਲ ਜਿਹੜੇ ਠੇਕਾ ਆਉਣਾ ਮਾਲੀਆ ਆਉਣਾ ਉਹਦੇ ਨਾਲ ਸਹੂਲਤਾਂ ਦੇਵੇਗੀ। ਧੰਨਵਾਦ ਜੀ।